फगवाड़ा पुलिस ने वड्डी सफलता हासिल करते हुए अगवा किए गए एक जोड़े नूं बरामद कर लिया। इस मामले दे विच निहंग सिंघां सने पांच लोगों को गिरफ्तार किया है। किस मामले नूं लैके यह गिरफ्तारी हुई है ते जिहड़े जोड़ा है उसनों क्यों अगवा किया गया सी, इस मामले बारे पूरी जानकारी असीं तुहानूं देवांगे। ते इत्थे गल ये दसनी बनदी है कि इस जोड़े नूं पंज जिहड़े निहंग सिंघां समेत पंज लोगों ने अगवा किया सी, पैसे दे लैण देण दा यह मामला दसा जा रहा है। जिहड़े जिन्हां दे नाल निहंग सिंघ आए सी उन्हां लोगों नूं इस जोड़े तो पैसे लेने ने, लखां रुपए दे विच राशि दसी जा रही है। हालांकि इस मामले दे विच पुलिस वल्लों जांच पड़ताल जिहड़ी है कीती जा रही है। दसा जा रहा है कि सोनू ते ज्योति कानूनी तौर पर पति पत्नी भी नहीं, यह पुलिस ने दावा किया है ते जांच पड़ताल शुरू कर दी है। फगवाड़ा तो अगवा किए गए इस जोड़े नूं पुलिस ने बटाला तो बरामद किया है। पैसों के लैण देण दे मामले दे विच यह अगवा का मामला होया दसा जा रहा। हालांकि पुलिस वालों पूरी जांच पड़ताल जिहड़ी है कीती जा रही है। पांच लोगों की गिरफ्तारी हो चुकी है ते जिहड़ा ये जोड़ा सी उसनों घरों जिहड़ा है अगवा किया गया सी। निहंग सिंघां दे बाणे दे विच कुछ लोग आए सी, उन्हां दे नाल लोग सी जिहड़े, उन्हां दा कहना है कि पैसे उन्होंने इस जोड़े तो लेने सी, लखां रुपए का लैण देण दसा जा रहा, पर उन्हां वल्लों जिहड़ा है पैसे उन्हां दे नहीं दिते जा रहे सी। इस दे चलदिआं उन्होंने यह कदम चुकिया है ते हुण पुलिस वल्लों सीसीटीवी कैमरियां दे आधार ते ते होर छानबीन जिहड़ी है कीती जा रही है। गिरफ्तारियां इस मामले दे विच निहंग सिंघां समेत पंज हो चुकियां ने ते हुण पुलिस वल्लों अगे जांच पड़ताल की जा रही है। निहंगां दे बाणे च आए व्यक्तियों का इस मामले बारे की कहना है अते पुलिस वाले जिहड़े पुलिस अधिकारी ने उसने इस मामले दे विच की खुलासे किए ने, पूरी जानकारी दे लई असीं सुणदे आं इह उन्हां दे विचार। ਅਜੀ ਖਾਸਾ ਹੀ ਤੁਸੀਂ ਇੱਕ ਜਨਾਨੀ ਦਾ ਹੱਥ ਫੜ ਕੇ ਕੋਠੇ ਲਾ ਰਹੇ ਸੀ, ਤੁਸੀਂ ਬਾਣਾ ਪਾਇਆ ਹੋਇਆ ਸੀ ਵੀਡੀਓ ਦੇ ਵਿੱਚ ਆ ਰਿਹਾ, ਪਰ ਤੁਸੀਂ ਬਾਣਾ ਪਾਇਆ ਹੋਇਆ ਸੀ? ਬਾਣਾ ਪਾਇਆ ਹੋਇਆ ਸੀ ਬਾਣੇ ਦੇ ਵਿੱਚ ਤੁਸੀਂ ਸਾਰੇ ਆਏ, ਤੁਸੀਂ ਰੋਕਿਆ ਕਿਉਂ ਨਹੀਂ ਫਿਰ ਜੇ ਤੁਸੀਂ ਬਾਣਾ ਨਹੀਂ ਪਾਇਆ ਸੀ? ਪੈਸੇ ਦਾ ਮਸਲਾ ਸੀਗਾ ਨਹੀਂ, ਪੈਸੇ ਤਾਂ ਨਿਹੰਗ ਸਿੰਘ ਪੈਸੇ ਲੈ ਦਵਾਣਾ ਆਏ ਸੀ ਜਾਂ ਉੱਥੇ ਕਤਲ ਕਰਨ ਆਏ ਸੀ? ਉਹਨਾਂ ਦਾ ਦਵਾਣਾ ਐਸੇ ਕਤਲ ਕਹਿੰਦੇ ਲੜ ਲਈ ਫੌਜੀਆਂ ਲੋਕਾਂ ਦੀ ਧੀਆਂ ਭੈਣ ਰਾਖੀ ਕਰਦੀ, ਤੁਸੀਂ ਕੀ ਉਹ ਧੀ ਭੈਣ ਦੀ ਰਾਖੀ ਕੀ ਕੀਤੀ ਹੈ? ਬਿਲਕੁਲ ਕੀਤੀ, ਕੀ ਕੀਤੀ ਜਦੋਂ ਉਹਨੂੰ ਬਾਹਾਂ ਫੜ ਕੇ ਕੋਠੇ ਲਾਏ ਜਾ ਰਹੇ ਸੀ ਉਦੋਂ ਕੀ ਹੋ ਰਿਹਾ ਸੀ? ਝੀੜ ਨਹੀਂ ਆਈ ਉਹਨੂੰ? ਤੁਸੀਂ ਕਿੰਨੇ ਪੈਸੇ ਲੈਣੇ ਸੀ? ਤੁਸੀਂ ਆਪਣੇ 30 ਲੱਖ ਲੈਣੇ ਸੀ, ਫਿਰ ਬਾਣਾ ਪਾ ਕੇ ਕਿਉਂ ਆਏ ਤੁਸੀਂ? ਬੇਟਾ पैसे का लेन देन अरेस्ट किए हुए बंदे जिन्हों के तनवीर ते ललित नाम का व्यक्ति हैगा, वह कहते हैं कि असी सोनू तो जड़े है पैसे साढ़े ये वाल सीगे, तो उन्होंने सोनू वालों पैसे ना मोड़न के कारण उन्होंने यह तरीका अपनाया तो इस घटना अंजाम दिता। ਸਰ ਟੋਟਲ ਅਮਾਉਂਟ ਕਿੰਨੀ ਸੀ? ਸਿੰਘ ਦਾ ਰੋਲ ਸੀ ਕੀ? ਨਿਹੰਗ ਸਿੰਘ ਦਾ ਕੀ ਰੋਲ ਸੀ ਇਹਦੇ ਵਿੱਚ? ਕੀ ਇਹਦੇ ਰਿਲੇਟਿਵ ਸੀ? ਅਸੀਂ ਜੀ ਮਾਨਯੋਗ ਕੋਰਟ ਦੇ ਅੱਗੇ ਇਹਨਾਂ ਨੂੰ ਪੇਸ਼ ਕੀਤਾ, ਰਿਮਾਂਡ ਲਿਆ ਤੇ ਇਹਦੇ ਵਿੱਚ ਕਿਸ ਦਾ ਕੀ ਰੋਲ ਹੈਗਾ ਉਹ ਸਾਰਾ ਅਸੀਂ ਹੁਣ ਜੀ ਦੌਰਾਨੇ ਰਿਮਾਂਡ ਦੇਖਾਂਗੇ। ਕਿੰਨੇ ਦਿਨ ਨਿਹੰਗ ਸਿੰਘ ਦਾ ਬਾਣਾ ਪਾ ਕੇ ਆਏ ਸੀ ਤੇ ਕੀ ਮੌਕੇ ਤੇ ਕੀ ਲੱਗਾ ਕਿ ਵਾਕਈ ਨਿਹੰਗ ਸਿੰਘ ਹੈ ਜਾਂ ਨਹੀਂ? ਇਹ ਬਿਲਕੁਲ ਜੀ ਅਸੀਂ ਹੁਣ ਇਹ ਰਿਮਾਂਡ ਲਿਆ ਤੇ ਤਫਤੀਸ਼ ਦੇ ਦੌਰਾਨ ਰਿਮਾਂਡ ਦੇ ਦੌਰਾਨ ਇਹ ਗੱਲਾਂ ਬਿਲਕੁਲ ਵੈਰੀਫਾਈ ਕੀਤੀ ਜਾਣਗੀਆਂ। ਸਰ ਟੋਟਲ ਅਮਾਉਂਟ ਕਿੰਨੀ ਸੀ ਸਰ ਜਿਹੜੀ ਲੈਣ ਦੇਣ ਇਹਨਾਂ ਦਾ? ਜਿੱਦਾਂ ਹੁਣ ਤੱਕ ਸਾਡੀ ਪਹਿਲੀ ਪੁੱਛ ਵਿੱਚ ਆਇਆ ਹੈ ਤਨਵੀਰ ਤੇ ਲਲਿਤ ਵੱਲੋਂ 9.5 ਲੱਖ ਦੇ ਕਰੀਬ, ਇੱਕ ਹੋਰ ਵਿਅਕਤੀ ਹੈਗਾ ਗੁਰਦੇਵ ਸਿੰਘ ਉਹ 15 ਲੱਖ ਉਹਦੇ, ਜੋ ਉਹ ਅਲੈਜ ਕਰ ਰਹੇ ਨੇ ਕਿ ਅਸੀਂ ਸੋਨੂੰ ਤੋਂ ਲੈਣ। ਸਰ ਕਿੰਨੇ ਵਿਅਕਤੀਆਂ ਦੇ ਖਿਲਾਫ ਜਿਹੜਾ ਐਫ ਆਈ ਆਰ ਲਾਂਚ ਕੀਤੀ ਗਈ ਸੀ? ਇਹ ਦਰਜਨ ਤੋਂ ਜ਼ਿਆਦਾ ਹੈਗੇ ਜੀ ਤੇ ਅਸੀਂ 5 ਬੰਦਿਆਂ ਨੂੰ ਅਰੈਸਟ ਕਰਨ ਚ ਕਾਂਤੇ। ਕੋਈ ਵਹੀਕਲ ਵਗੈਰਾ ਯੂਜ਼ ਕੀਤਾ ਗਿਆ? ਹਾਂਜੀ ਹਾਂਜੀ, ਇੱਕ ਗੱਡੀ I-20 ਜਿਹੜੀ ਯੂਜ਼ ਹੋਈ ਸੀ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਹਾਂ। ਤੇ ਜਿਸ ਗੱਡੀ ਵਿੱਚ ਨਿਹੰਗ ਸਿੰਘ ਆਏ ਸੀ ਉਹ ਗੱਡੀ ਅਸੀਂ ਬਿਲਕੁਲ ਹੀ ਸਾਡੇ ਅਸੀਂ ਉਸ ਗੱਡੀ ਦਾ ਨੰਬਰ ਅਸੀਂ ਟਰੈਕ ਕਰ ਲਿਆ ਜੀ, ਉਹਨੂੰ ਉਹਦੀ ਅੱਗੇ ਭਾਲ ਕੀਤੀ ਜਾ ਰਹੀ ਹੈ। ਸਰ ਜਿਹੜਾ ਸੋਨੂੰ ਜਿਹੜੇ ਹਥਿਆਰ ਉਹਨਾਂ ਕੋਲ ਕੋਈ ਮਾਰੂ ਹਥਿਆਰ ਜਾਂ ਕੋਈ ਵੈਪਨ ਨਹੀਂ ਸੀਗਾ, ਜਿਹੜੇ ਉਹਨਾਂ ਕੋਲ ਦਾਤ ਜਾਂ ਕੁਝ ਰੋਡ ਹੋਣੀ ਉਹ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ। ਤੇ ਸਾਰੇ ਸਮੇਂ ਸੋਨੂੰ ਔਰ ਜਿਹੜੀ ਲੇਡੀਜ਼ ਹੈ, ਕਿਹਾ ਇਹ ਰੀਅਲ ਹਸਬੰਡ ਵਾਈਫ ਹੈ ਜਾਂ ਕੀ ਲੱਗਦਾ ਪੁਲਿਸ ਨੂੰ ਕੀ ਜਾਂਚ ਕੀਤੀ ਹੈ? ਜੇ ਇਹ ਆਪਣੇ ਘਰਦਿਆਂ ਤੋਂ ਵੱਖ, ਸੋਨੂੰ ਆਲਰੇਡੀ ਮੈਰਿਡ ਹੈ ਜੀ, ਆਪਣੇ ਘਰਦਿਆਂ ਤੋਂ ਵੱਖ ਵੱਖ ਤੇ ਵਾਈਫ ਨਾਲ ਇਸ ਜੋਤੀ ਨਾਂ ਦੀ ਲੇਡੀ ਨਾਲ ਫਗਵਾੜੇ ਦੇ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਹੇ ਜੀ। ਨਹੀਂ ਇਹਨਾਂ ਦੇ ਗੈਸਟ ਸਭ ਜਿਨ੍ਹਾਂ ਨੇ ਜਿਸ ਤਰ੍ਹਾਂ ਸੋਨੂੰ ਔਰ ਜੋਤੀ ਨੂੰ ਉਹਨਾਂ ਨੇ ਮਤਲਬ ਕਿਡਨੈਪ ਕੀਤਾ ਹੈ,
ਜਿਹੜੇ ਪੈਸੇ ਲੈਣ ਵਾਲੇ ਆ ਕਿਹਾ ਉਹਨਾਂ ਦੀ ਸ਼ਿਕਾਇਤ ਤੁਹਾਡੇ ਕੋਲ ਜਾਂ ਕਿਸੇ ਥਾਣੇ ਦੀ ਜੀ ਬਟਾਲਾ ਸਿਟੀ ਬਟਾਲਾ ਆਲਰੇਡੀ ਇਸ ਕੋਲ ਇਨਕੁਆਇਰੀ ਪੈਂਡਿੰਗ ਹੈਗੀ ਹੈ ਜੀ ਉਹ ਉੱਥੇ ਬਟਾਲੇ ਪੁਲਿਸ ਇਸ ਨੂੰ ਆਲਰੇਡੀ ਟੇਕਅਪ ਕੀਤਾ ਹੋਇਆ ਮਸਲਾ ਕੋਈ ਕਿਸ ਤਰ੍ਹਾਂ ਦੇ ਪੈਸੇ ਮਤਲਬ ਤੁਹਾਨੂੰ ਕੀ ਜਾਣਕਾਰੀ ਮਿਲੀ ਹੁਣ ਤਫਤੀਸ਼ 'ਚ ਦੇਖਾਂਗੇ ਜੀ ਕਿਹੜੇ ਪੈਸੇ ਹੈਗੇ ਆ ਕਿਉਂ ਇਹਨਾਂ ਨੇ ਉਹ ਐਲਿਜ ਕਰ ਰਹੇ ਨੇ ਕਿਸ ਚੀਜ਼ ਦੇ ਇਹਨਾਂ ਨੇ ਲਏ ਨੇ ਇਟਸ ਅ ਮੈਟਰ ਆਫ ਇਨਵੈਸਟੀ